ਰਾਤ ਨੂੰ ਇੱਟਾਂ ਚੱਲੀਆਂ ਬਹੁਤ ਜ਼ਿਆਦਾ, ਤਲਵਾਰਾਂ ਚੱਲੀਆਂ ਬਹੁਤ ਜ਼ਿਆਦਾ, ਇੱਥੇ ਜਦ ਸਾਰੀ ਬਸਤੀ ਇਕੱਠੀ ਹੋ ਕੇ ਨਾਨੀ ਦਾ ਪਛਾੜ ਦਿੰਦੇ। ਕੂਲਰ ਤੋੜਦੇ ਹੈਗੇ, ਗੱਡੀ ਕਈ ਗੱਡੀ ਤੋੜਦੀ ਹੈਗੀ ਜੀ, ਘਰਾਂ 'ਚ ਵੀ ਹਮਲਾ ਕੀਤਾ ਹੈਗਾ। ਕੀ ਮਤਲਬ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਤੋਸ਼ ਹੈ। ਕਿਹੜਾ ਮਹੱਲਾ ਹੈ? ਸੰਜੇ ਨਗਰ ਬਸਤੀ। ਕੀ ਹੋਇਆ ਰਾਤ ਨੂੰ? ਰਾਤ ਨੂੰ ਇੱਟਾਂ ਚੱਲੀਆਂ ਬਹੁਤ ਜ਼ਿਆਦਾ, ਤਲਵਾਰਾਂ ਚੱਲੀਆਂ ਬਹੁਤ ਜ਼ਿਆਦਾ, ਇੱਥੇ ਜਦ ਸਾਰੀ ਬਸਤੀ ਇਕੱਠੀ ਹੋ ਕੇ ਨਾਨੀ ਦਾ ਪਛਾੜ ਦਿੰਦੇ। ਗਲੀ ਦਾ ਦੇਖੋ, ਤੁਸੀਂ ਗਲੀ ਦੇ ਵਿੱਚ ਦੇਖੋ ਕੀ ਹਾਲ ਹੋਇਆ। ਕੀ ਤੁਸੀਂ ਉਹਨਾਂ ਉੱਤੇ ਹਰ ਕਿਸੇ ਨੂੰ ਹੋਇਆ? ਉਹਨਾਂ ਕੋਲੇ ਕੀ ਦੱਸਾਂ, ਤਲਵਾਰਾਂ, ਗੰਡਾਸੇ, ਉਹ ਕੀ ਹੁੰਦੇ ਗੋਲ ਗੋਲ ਜੇ, ਗਰਾਰੀਆਂ ਗਰੂਰੀਆਂ, ਬਹੁਤ ਕੁਛ ਸੀ ਉਹਨਾਂ ਦੇ ਕੋਲੇ। ਕਿੰਨੇ ਕੁ ਬੰਦੇ ਸੀ? ਪੂਰੀ ਬਸਤੀ ਸੀ ਉਹ ਦੀਪਨਗਰ ਵਾਲੀ, ਉਧਮ ਸਿੰਘ ਨਗਰ ਦੇ ਬੰਦੇ ਸੀ ਉਹਦੇ ਵਿੱਚ। ਕਿੰਨੇ ਵਜੇ ਦਾ ਮਾਮਲਾ ਹੈ? 9:30 ਫੇਰ ਆਏ ਉਹ, ਪਹਿਲਾਂ 9:30 ਪੂਰੀ ਬਸਤੀ ਆਈ ਹੈ। ਜਦੋਂ ਕੁੱਤੇ ਲੂ ਲੂ ਕੇ ਪਏ, ਸਾਡੇ ਬੰਦੇ ਕੋਈ ਵੀ ਕਰੇ ਨਹੀਂ, ਸਾਡੇ ਬੰਦੇ ਗਏ ਸੀ ਥਾਣੇ, ਥਾਣੇ ਗਏ ਹੋਏ ਸੀ। ਉਹਨਾਂ ਨੇ ਇਹ ਦੇਖ ਲਿਆ ਵੀ ਬੰਦੇ ਇਹਨਾਂ ਦੇ ਕੋਈ ਵੀ ਕਰੇ ਨਹੀਂ ਹੈ, ਹੁਣ ਚੱਲੋ। ਪੂਰੀ ਮੰਡੀਲੇ ਨੂੰ ਲੈ ਕੇ ਆਏ ਉਹ, ਬੁੜੀਆਂ ਬੁੜੀਆਂ ਸੀ, ਅਸੀਂ ਕਰੇ ਬੁੜੀਆਂ, ਸਾਨੂੰ ਡਰ ਲੱਗਣ ਲੱਗਿਆ, ਅਸੀਂ ਤਾਂ ਗੇਟ ਬੰਦ ਕਰ ਲਿੱਤਾ, ਘਰਾਂ 'ਚ ਗਲੇ ਮਾਰ ਮਾਰ ਕੇ ਗਏ, ਇੱਟਾਂ ਬਰਸਾ ਕੇ ਗਏ ਘਰਾਂ ਦੇ ਵਿੱਚ। ਅੱਛਾ, ਕੀ ਨਾਮ ਹੈ ਤੁਹਾਡਾ, ਕਿਹੜਾ ਮਹੱਲਾ ਹੈ? ਮੇਰਾ ਨਾਮ ਹੈ ਵਿਨੋਦ ਕੁਮਾਰ ਖੜੀਕ, ਇਹ ਆਪਣੇ ਸੰਜੇ ਨਗਰ ਗਲੀ ਨੰਬਰ 18 ਦਾ ਹੈ। ਕੀ ਮਾਮਲਾ ਕੀ ਹੋਇਆ? ਇਹ ਮਾਮਲਾ ਇਹ ਸੀ, ਇਹ 40-50 ਮੁੰਡੇ ਇਕੱਠੇ ਹੋ ਕੇ ਆਏ ਜੀ, ਜਿਵੇਂ ਕਿ ਇਹਨਾਂ ਨੂੰ ਪਤਾ ਨਹੀਂ ਕੀ ਉਹ ਤਗੜਾਈ ਲੜਾਈ ਹੋਈ ਹੋਈ ਇਹਨਾਂ ਦੀ, ਇਹਨਾਂ ਕੋਲ ਸਾਰਿਆਂ ਕੋਲ ਤਲਵਾਰਾਂ, ਕਿਸੇ ਕੋਲ ਗੰਡਾਸੇ, ਕਿਸੇ ਕੋਲ ਡੰਡੇ, ਕਿਸੇ ਕੋਲ ਕੀ, ਕਿਸੇ ਕੋਲ ਕੀ, ਇਹ ਜੀ ਪੂਰਾ ਖੋਫ ਲਾ ਕੇ ਗਏ ਜਵਾਕਾਂ ਦੇ ਸਾਰਿਆਂ ਨੂੰ। ਇਹ ਜਵਾਕਾਂ ਜਵਾਕਾਂ ਦੀ ਲੜਾਈ ਹੈ ਜੀ। ਕਿੰਨੇ ਕੁ ਵਜੇ ਦਾ ਮਾਮਲਾ? ਇਹ 6:30-7 ਵਜੇ ਦਾ ਜੀ। ਉਸ ਤੋਂ ਬਾਅਦ ਫਿਰ ਦੁਬਾਰਾ? ਉਸ ਤੋਂ ਬਾਅਦ ਫਿਰ ਆ ਗਏ ਰਾਤ ਨੂੰ 9:30, ਫਿਰ ਰਾਤ ਨੂੰ ਆ ਗਏ 12 ਵਜੇ, 3-4 ਵਾਰੀ ਆਏ ਜੀ। ਇੱਕ ਗੱਡੀ ਆਈ ਸੀ ਨੰਬਰਦਾਰ ਦੀ, ਉਹਦੇ ਅੱਗੇ ਲੱਗਿਆ ਸੀ ਇੱਕ, ਮਤਲਬ ਲਿਖਿਆ ਹੋਇਆ ਸੀ ਪਲੇਟ ਤੇ ਨੰਬਰਦਾਰ, ਨੰਬਰਦਾਰ ਦੀ ਗੱਡੀ ਆਈ ਇਹਨਾਂ ਨਾਲ, ਕੋਈ ਪਿੰਡਾਂ 'ਚ ਵੀ ਆਏ ਸੀ ਮੁੰਡੇ, ਕੋਈ 2 ਗੱਡੀਆਂ ਆਈਆਂ ਜੀ, ਤੇ ਬਾਕੀ ਮੁੰਡੇ ਪੈਦਲ ਆਏ। ਨੁਕਸਾਨ ਕਿੰਨਾ ਕੀਤਾ? ਨੁਕਸਾਨ ਇਹਨਾਂ ਨੇ ਆ ਦੇਖ ਸਕਦੇ ਤੁਸੀਂ, ਆ ਗੱਡੀ ਦਾ ਨੁਕਸਾਨ ਕਰਤਾ, ਘਰਾਂ ਦਾ ਨੁਕਸਾਨ ਕਰਤਾ ਜੀ, ਇਹ ਵਿਚਾਰੇ ਗਰੀਬ ਦੇ ਹੱਥੇ ਮਾਰ ਗਏ 170। ਘਰਾਂ ਦੇ ਕੀ ਮਾਰਿਆ? ਘਰਾਂ 'ਚ ਇਹਨਾਂ ਨੇ ਗੇਟ ਤੋੜਤੇ, ਕੂਲਰ ਤੋੜਤਾ ਜੀ, ਤੇ ਸ਼ੀਸ਼ੇ ਸ਼ੁਸ਼ੇ ਹੀ ਤੋੜੇ ਬਸ। ਇੱਟਾਂ ਵੀ ਚੱਲੀਆਂ ਜੀ, ਪੂਰੀਆਂ ਚੱਲੀਆਂ ਇੱਟਾਂ ਤਾਂ ਰਾਤ ਨੂੰ ਜੀ। ਨਾ 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 ਨਾ, ਦੂਜੇ ਤਾਂ ਹੈ ਹੀ ਨਹੀਂ ਇੱਥੇ, ਦੂਜੇ ਵਾਲੇ ਤਾਂ ਸਾਰੇ ਡਰਪੋਕ ਹੈ। ਬਸ ਠੀਕ ਹੈ, ਛੇੜਖਾਨੀ ਜ਼ਰੂਰ ਕਰਕੇ ਆਏ ਹੋਣਗੇ, ਲੇਕਿਨ ਨੇੜੇ ਕੋਈ ਨਹੀਂ ਆਇਆ ਇਹਨਾਂ 'ਚੋਂ, ਇਹ ਤਾਂ ਮੱਲੇ ਵਾਲੇ ਪਏ ਜੀ, ਤਾਂ ਭੱਜੇ ਹੋ, ਨਹੀਂ ਤਾਂ ਕਾਹਨੂੰ ਭੱਜਦੇ ਸੀ? ਪੁਲਸਾਈ ਜੀ, ਪੁਲਿਸ 2-3 ਵਾਰੀ ਆਈ ਹੈ ਜੀ, ਉਹਨਾਂ ਦੇ ਘਰ ਦੇ ਵੀ ਆਏ, ਜਿਹੜੇ ਮੁੰਡੇ ਆਏ ਸੀ ਉਹਨਾਂ ਦੇ ਘਰ ਦੇ ਵੀ ਆਏ ਸੀ, ਉਹਨਾਂ 'ਚੋਂ 1-2 ਫੜ ਵੀ ਲਿੱਤੇ ਗਏ। ਕੀ ਨਾਮ ਹੈ ਤੁਹਾਡਾ, ਕਿਹੜਾ ਮਹੱਲਾ ਹੈ? ਮੇਰਾ ਨਾਮ ਰਕੇਸ਼ ਜੀ, ਸੰਜੇ ਨਗਰ ਜੀ। ਕੀ ਮਾਮਲਾ ਹੋਇਆ? ਮਾਮਲਾ ਕਿ ਇਹਨੇ ਮੁੰਡਿਆਂ ਦੀ ਲੜਾਈ ਹੋਈ ਸੀ ਜੀ, ਤੇ ਉੱਥੋਂ ਦੀਪ ਨਗਰ 'ਚੋਂ ਤੇ ਬਲਰਾਜ ਨਗਰ 'ਚੋਂ ਘੱਟੋ ਘੱਟ 70-80 ਬੰਦੇ ਆਏ ਜੀ, ਤੋੜ ਫੋੜ ਕਰਕੇ ਗਏ, ਮਾਰ ਕੁੱਟ ਕਰਕੇ ਗਏ। ਆਹ ਮੇਰੇ ਹੱਥ 'ਚ ਵੀ ਲੱਗੀ ਹੋਈ ਜੀ। ਕਿੰਨਾ ਕੁ ਨੁਕਸਾਨ ਕੀਤਾ? ਨੁਕਸਾਨ ਤੁਹਾਡੇ ਸਾਹਮਣੇ, ਕੂਲਰ ਭੰਨਤਾ ਜੀ, ਆਹ ਦਰਵਾਜ਼ਾ ਤੋੜਤਾ ਜੀ, ਤੇ ਦਰਵਾਜ਼ੇ ਦੇ ਸੂਸੇ ਭੰਨ ਗਏ ਜੀ, ਗੱਡੀ ਗੁੱਡੀ ਤੋੜ ਗਏ ਜੀ। ਸੱਟਾਂ ਵੱਜੀਆਂ 1-2 ਮੁੰਡਿਆਂ ਦੀਆਂ, ਟੋਟਲ ਚੱਲੀਆਂ ਜੀ। ਹਾਂ,
ਕਿੰਨੇ ਗੱਡਾ ਚੱਲੀਆਂ ਐਸਾ ਨੂੰ ਕੋਈ ਹਥਿਆਰ ਕੀ ਸੀ ਉਹਨਾਂ ਕੋਲ ਉਹਨਾਂ ਗੰਡਾਸੀਆਂ ਸੀ ਗੰਡਾਸੀਆਂ ਦੀ ਤਲਵਾਰਾਂ ਸੀ ਜੀ ਤੇ ਬਹੁਤ ਕੁਛ ਸੀ ਉਹਨਾਂ ਦਾ ਡਾਂਗਾ ਡੂੰਗਾ ਵਾਧੂ ਸੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਮਪਾਲ ਹੈ ਜੀ ਕਿਹੜਾ ਮੁੱਲਾ ਸੰਜੇ ਨਗਰ 18 ਨੰਬਰ ਗਲੀ ਹੈ ਜੀ ਕੀ ਮਾਮਲਾ ਹੋਇਆ ਮਾਮਲਾ ਤਾਂ ਸਾਨੂੰ ਪਤਾ ਨਹੀਂ ਜੀ ਕੀ ਸੀਗਾ ਮੁੰਡਾ ਮੁੰਡੇ ਦੀ ਗੱਲ ਹੋਈ ਵੀ ਇਹਨੇ ਗਲੀ ਵਾਲੇ ਦੀ ਤੇ ਇੱਧਰੋਂ ਆਏ ਬੰਦੇ ਕਾਫੀ ਜੀ ਉਹਨਾਂ ਕੋਲ ਤੇਜ਼ ਹਥਿਆਰ ਸੀ ਜੀ ਤਲਵਾਰਾਂ ਸੀ ਗੰਡਾਸੇ ਸੀਗੇ ਜੀ ਅਸੀਂ ਇੱਥੇ ਬੈਠੇ ਸੀਗੇ ਵੈਸੇ ਜੀ ਅਸੀਂ ਅੰਦਰ ਵੜ ਕੇ ਜਾਨ ਬਚਾਈ ਹੈ ਜੀ ਜੇ ਅਸੀਂ ਬਾਹਰ ਰਹੇ ਤਾਂ ਸਾਨੂੰ ਮਾਰ ਜਾਂਦੇ ਜੀ ਮੇਰਾ ਨਾਮ ਵਿਜੇਂਦਰ ਨਾਥ ਹੈਗਾ ਜੀ ਮੈਂ ਸੰਜੇ ਨਗਰ ਦਾ ਰਹਿਣ ਵਾਲਾ ਹੈਗਾ ਜੀ ਰਾਤ ਨੂੰ ਜੀ ਬਦਮਾਸ਼ ਆ ਗਏ ਸੀਗੇ ਜੀ ਇੱਥੇ ਜੀ ਤੇ ਤਿੰਨ ਚਾਰ ਵਾਰੀ ਹਮਲਾ ਕੀਤਾ ਹੈਗਾ ਲਗਾਤਾਰ ਕਈ ਵਾਰੀ ਵੱਖ ਗੁਜਰਾ ਹੈਗਾ ਜੀ ਇਹ ਜੀ ਤੇ ਪੁਲਿਸ ਨੂੰ ਬੁਲਾਉਂਦੇ ਹੈਗੇ ਤੇ ਪੁਲਿਸ ਰਾਤ ਨੂੰ ਆਈ ਤੇ ਰਾਤ ਨੂੰ ਜੀ ਉਹ ਗੇੜਾ ਗੂੜਾ ਮਾਰ ਕੇ ਚਲੀ ਗਈ ਸੀ ਇੱਕ ਦੋ ਬੰਦੇ ਫੜੇ ਵੀ ਹੈਗੇ ਤੇ ਅਸੀਂ ਚਾਹੁੰਦੇ ਹੈਗੇ ਜੀ ਬਈ ਸਾਡੇ ਨਾਲ ਜੀ ਧੱਕਾ ਹੋ ਰਿਹਾ ਹੈਗਾ ਬਸਤੀ ਦੇ ਨਾਲ ਧੱਕਾ ਹੋ ਰਿਹਾ ਕਰਦਾ ਇੱਕ ਹੈਗਾ ਸਾਰੀ ਬਸਤੀ ਪਰੇਸ਼ਾਨ ਕਰਦੇ ਹੈਗੇ ਜੀ ਸਾਰੀ ਬਸਤੀ ਦੇ ਨਾਲ ਜੀ ਭੰਨ ਤੋੜ ਜੀ ਕੂਲਰ ਤੋੜਦੇ ਹੈਗੇ ਗੱਡੀ ਕਈ ਗੱਡੀ ਤੋੜਤੀ ਹੈਗੀ ਜੀ ਤੇ ਘਰਾਂ 'ਚ ਵੀ ਹਮਲਾ ਕੀਤਾ ਹੈਗਾ ਕਈ ਬੰਦਿਆਂ ਦੇ ਜੀ ਸੱਟ ਫੇਟ ਵੱਜੀ ਹੈਗੀ ਜੀ ਕਿੰਨੇ ਵਜੇ ਤੱਕ ਹੁੰਦਾ ਰਿਹਾ ਲੜਾਈ ਇੱਕ ਡੇਢ ਵਜੇ ਤੱਕ ਜੀ ਲੜਾਈ ਹੋਈ ਹੈਗੀ ਜੀ ਇਹਨਾਂ 'ਚ ਤਿੰਨ ਵਾਰੀ ਹਮਲਾ ਕੀਤਾ ਹੈਗਾ ਜੀ ਤੇ ਅਸੀਂ ਇਹ ਚਾਹੁੰਦੇ ਹੈਗੇ ਜੀ ਬਈ ਜਿਹੜੇ ਗੁੰਡਾਗਰਦੀ ਹੈਗੀ ਜੀ ਰੋਜ਼ ਦਾ ਹੀ ਇਹਨਾਂ ਦਾ ਚਾਂਸ ਹੋ ਗਿਆ ਹੈਗਾ ਜੀ ਹਥਿਆਰ ਤਲਵਾਰ ਸੀਗੀ ਜੀ ਗੰਡਾਸੇ ਸੀਗੇ ਕਾਪੇ ਸੀਗੇ ਜੀ ਔਰ ਡਾਂਗ ਸੀਗੀ ਰਾਲ ਸੀਗੀ ਜੀ ਕਾਰਨ ਕੀ ਸੀ ਕਿਉਂ ਲੜੇ ਕਾਰਨ ਜੀ ਇਹਦਾ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਹੈਗਾ ਜੀ ਸਾਨੂੰ ਜੀ ਇੱਟੇ ਰੋੜੇ ਵਾਧੂ ਚੱਲੇ ਹੈਗੇ ਜੀ ਪੂਰੀ ਗਲੀ ਭਰੀ ਪਈ ਹੈਗੀ ਇੱਟੇ ਰੋੜੇ ਕੁਛ ਬੱਚਿਆਂ ਦੇ ਜੀ ਸੱਟ ਫੈਂਟ ਵੀ ਵੱਜੀ ਹੈਗੀ ਜੀ ਕੁੜੀਆਂ ਦੇ ਵਿਚਾਰੀਆਂ ਦੇ ਸੱਟ ਵੱਜੀ ਹੈਗੀ ਤੇ ਅਸੀਂ ਚਾਹੁੰਦੇ ਹੈਗੇ ਜੀ ਸਰਕਾਰ ਤੋਂ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈਗਾ ਜੀ ਔਰ ਨਹੀਂ ਤਾਂ ਫਿਰ ਜੀ ਅਸੀਂ ਜੀ ਸੜਕਾਂ 'ਤੇ ਆਉਂਗੇ ਅਸੀਂ ਰੋਸ ਧਰਨਾ ਕਰਾਂਗੇ ਜੀ ਇਸ ਦੇ ਵਿੱਚ ਦੋ ਜਿਹੜੇ ਇਹਨਾਂ ਦੇ ਇੱਕ ਸੰਜੇ ਨਗਰ ਦੇ ਕੁਛ ਰਹਿਣ ਵਾਲੇ ਲੜਕੇ ਨੇ ਜਿਨ੍ਹਾਂ 'ਤੇ ਉਹਨਾਂ ਨੇ ਅਟੈਕ ਕੀਤਾ ਉਹਨਾਂ ਦੀ ਕੁੱਟਮਾਰ ਕੀਤੀ ਬਾਕੀ ਜਿਹੜੇ ਲੜਕੇ ਸੀਗੇ ਊਧਮ ਸਿੰਘ ਨਗਰ ਦੇ ਸੀਗੇ ਅਤੇ ਨਾਲ ਲਾਲ ਸਿੰਘ ਬਸਤੀ ਦੇ ਸੀਗੇ ਇਹਨਾਂ ਦੀ ਕੁਛ ਦਿਨ ਪਹਿਲਾਂ ਇੱਕ ਨਹਿਰ ਦੇ ਵਿੱਚ ਨਹਾਉਣ ਨੂੰ ਲੈ ਕੇ ਕਿਸੇ ਗੱਲ ਤੋਂ ਤਕਰਾਰ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੱਲ੍ਹ ਜਿਹੜਾ ਹੈਗਾ ਊਧਮ ਸਿੰਘ ਨਗਰ ਦੇ ਲਾਲ ਸਿੰਘ ਬਸਤੀ ਵੱਲ ਲੜਕਿਆਂ ਨੇ ਜਿਹੜਾ ਹੈਗਾ ਇਹਨਾਂ 'ਤੇ ਅਟੈਕ ਕਰ ਦਿੱਤਾ ਅਤੇ ਇਹਨਾਂ ਦੇ ਸੱਟਾਂ ਮਾਰੀਆਂ ਇਹ ਜਨਤਾ ਸੰਜੇ ਨਗਰ ਵਾਲੇ ਦੋ ਲੜਕੇ ਜਿਹੜੇ ਐਡਮਿਟ ਨੇ ਸਿਵਲ ਹੋਸਪਿਟਲ ਦੇ ਵਿੱਚ ਇਹਨਾਂ ਦੇ ਸਿੰਪਲ ਇੰਜਰੀਸ ਨੇ ਇਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਅਤੇ ਉਹਨਾਂ ਦੇ ਖਿਲਾਫ਼ ਜਿਹੜੀ ਹੈਗੀ ਹੈ ਬੰਦੀ ਐਕਸ਼ਨ ਲਿਆ ਜਾਊਗਾ ਜਿਹੜੇ ਬੰਦੇ ਅਟੈਕ ਕਰਨ ਵਾਲੇ ਸੀ ਉਹਨਾਂ ਦੀ ਅਸੀਂ ਸ਼ਨਾਖਤ ਕਰ ਲਈ ਹੈ ਜਲਦੀ ਹੀ ਜਿਹੜਾ ਹੈਗਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਊਗਾ ਇਹ 6 ਦੇ ਕਰੀਬ ਜਿਹੜੇ ਹੈਗੇ ਬੰਦੇ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਇਹ 6 ਬੰਦੇ ਸੀਗੇ ਅਤੇ 6 ਦੇ 6 ਬੰਦਿਆਂ ਦੀ ਜਿਹੜੀ ਹੈਗੀ ਸਾਡੇ ਵੱਲੋਂ ਪਛਾਣ ਕੀਤੀ ਜਾ ਚੁੱਕੀ ਹੈ ਸਾਡੀਆਂ ਜਿਹੜੀਆਂ ਰੇਡਿੰਗ ਪਾਰਟੀ ਟੀਮਾਂ ਨੇ ਆਨ ਦਾ ਵੇ ਨੇ ਇਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਨਹੀਂ ਦੇਖੋ ਜਿਹੜੀ ਬੰਦੇ ਹੈਗੇ ਆ ਕੁਛ ਊਧਮ ਸਿੰਘ ਨਗਰ ਦੇ ਨੇ ਕੁਛ ਲਾਲ ਸਿੰਘ ਬਸਤੀ ਦੇ ਨੇ ਇਹਦੇ ਨਾਲ ਦੇਖਣ ਤੋਂ ਕਿਵੇਂ ਪਛਾਣ ਕਰ ਲਓਗੇ ਕਿ ਬੰਦਾ ਪਿੰਡ ਦਾ ਜਾਂ ਸ਼ਹਿਰ ਦਾ ਸੋ ਜਿਹੜੀ ਬੰਦੇ 6 ਬੰਦੇ ਉੱਥੇ ਗਏ ਸੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਦੀ ਅਸੀਂ ਪਛਾਣ ਕਰ ਲਈ ਹੈ ਉਹਨਾਂ ਦੇ ਖਿਲਾਫ਼ ਅਸੀਂ ਐਕਸ਼ਨ ਵੀ ਲੈ ਰਹੇ ਬਿਲਕੁਲ ਜਿਹੜੇ ਇੱਦਾਂ ਦੀ ਕਿਸੇ ਵੀ ਐਕਟੀਵਿਟੀ ਨੂੰ ਅੰਜਾਮ ਦੇਣਗੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਊਗਾ ਅਤੇ ਉਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਜਿਹੜੇ ਬੰਦੇ ਐਡਮਿਟ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸਟੇਟਮੈਂਟ ਮੁਤਾਬਕ ਜਿਹੜੀ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਊਗੀ